ਸਿਲਵਰ ਦੇ ਟਾਪੇ ਵਿੱਚ ਪਈ ਇਸ ਖਿਚੜੀ ਨੂੰ ਪਹਿਲੀ ਨਜ਼ਰ ਦੇਖ ਸ਼ਾਇਦ ਤੁਸੀਂ ਸੋਚ ਰਹੇ ਹੋਵੋਗੇ ਕਿ ਭਲਾ ਪਸ਼ੂਆਂ ਦੇ ਸੰਨੀ ਲਈ ਇਹ ਖਿਚੜੀ ਪਾ ਕੇ ਰੱਖੀ ਹੋਵੇ, ਕਿਉਂਕਿ ਅਜਿਹਾ ਹੀ ਬਚਿਆ ਖੁਚਿਆ ਉੱਲੀ ਵਾਲਾ ਖਾਣਾ ਸੰਨੀ ਕਰਕੇ ਪਸ਼ੂਆਂ ਨੂੰ ਖਵਾਇਆ ਜਾਂਦਾ। ਪਰ ਜਨਾਬ, ਇਹ ਜਾਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਵੇਗੀ ਕਿ ਇਹ ਖਿਚੜੀ ਪਸ਼ੂਆਂ ਲਈ ਨਹੀਂ ਸਗੋਂ ਔਰਤਾਂ ਅਤੇ ਜਵਾਕਾਂ ਲਈ ਹੈ, ਜੋ ਕਿ ਮਾਰਕਫੈੱਡ ਵੱਲੋਂ ਦਿੱਤੀ ਜਾਂਦੀ ਹੈ, ਜਿਸ ਦੇ ਵਿੱਚ ਮੱਖੀਆਂ, ਸੁੰਡੀਆਂ ਅਤੇ ਕੀੜੇ ਦੌੜਦੇ ਨਜ਼ਰ ਆ ਰਹੇ ਨੇ। ਅਜਿਹੀ ਘਟੀਆ ਖਿਚੜੀ ਖਾ ਕੇ ਪਿੰਡ ਮੂਸੇਵਾਲਾ ਦੀਆਂ ਗਰਭਵਤੀ ਔਰਤਾਂ ਅਤੇ ਜਵਾਕ ਬਿਮਾਰ ਹੋ ਰਹੇ ਨੇ, ਉਹਨਾਂ ਦੀ ਸਿਹਤ 'ਤੇ ਮਾੜਾ ਅਸਰ ਪੈ ਰਿਹਾ, ਜਿਸ ਦੇ ਕਾਰਨ ਪਿੰਡ ਦੀਆਂ ਔਰਤਾਂ ਨੇ ਸਰਕਾਰ ਦੀ ਨਲਾਇਕੀ ਨੂੰ ਮੀਡੀਆ ਦੇ ਕੈਮਰੇ ਅੱਗੇ ਨੰਗਾ ਕਰ ਦਿੱਤਾ। ਅਮਰਜੀਤ ਹੈ ਜੀ ਮੇਰਾ ਨਾਮ। ਅਮਰਜੀਤ ਜੀ, ਕੀ ਹੋਇਆ ਸਰ ਇੱਥੇ? ਇੱਥੇ ਜੀ ਆਹ ਖਾਣਾ ਆਉਂਦਾ ਸੀਗਾ, ਬਣਿਆ ਬਣਾਇਆ ਪੈਕ ਕੀਤਾ, ਅਤੇ ਇਹਦੇ 'ਚੋਂ ਵਿੱਚੋਂ ਪਤਾ ਨਹੀਂ ਅਸੀਂ ਲੈ ਕੇ ਗਏ ਅਤੇ ਸਮਝ ਆਹ ਵਿੱਚੋਂ ਪਤਾ ਨਹੀਂ ਤਾਂ ਜਾਨਵਰ ਹੈ ਕੋਈ, ਅਤੇ ਰੱਬ ਜਾਣੇ ਵੀ ਕੋਈ ਕੀ ਕਾਰਨ ਹੋਇਆ, ਅਤੇ ਵੀ ਬੱਚੇ ਕਿਵੇਂ ਖਾ ਸਕਣਗੇ ਇਹਨੂੰ, ਅਤੇ ਕਿਵੇਂ ਇਹ ਬਣਾਇਆ ਜਾਊਗਾ। ਅੱਗੇ ਸਾਨੂੰ ਖਾਣਾ ਆਉਂਦਾ ਸੀਗਾ ਵੀ ਕਣਕ ਵਗੈਰਾ, ਚੌਲ ਵਧੀਆ, ਖੰਡ, ਘਿਓ, ਉਹ ਸਾਨੂੰ ਵਧੀਆ ਲੱਗਦਾ ਸੀ, ਅਤੇ ਇਹ ਤਾਂ ਹੁਣ ਬੇਕਾਰ ਹੀ ਹੈ, ਜਦੋਂ ਹੁਣ ਇਹ ਕਿਸੇ ਕੰਮ ਹੀ ਨਹੀਂ ਹੈਗਾ, ਵੀ ਇਹਨੂੰ ਬਣਾਈਏ ਕਿਵੇਂ ਅਸੀਂ? ਮਸਲਾ ਸਾਡਾ ਜੀ ਇਹ ਹੈ ਜੀ, ਜਿਹੜਾ ਸਾਨੂੰ ਖਾਣਾ ਦੇ ਰਹੇ ਨੇ, ਸਾਨੂੰ ਇਹ ਖਾਣਾ ਖਰਾਬ ਦੇ ਰਹੇ ਨੇ, ਅਤੇ ਇਹਦੇ ਨਾਲ ਸਾਡੇ ਬੱਚਿਆਂ ਨਾਲ ਬਿਮਾਰੀ ਹੁੰਦੀ ਆ, ਬਿਮਾਰੀ ਪੈਦਾ ਹੁੰਦੀ ਆ, ਉਹਨਾਂ ਦੀ ਜਾਨ ਜਾਣ ਦਾ ਵੀ ਖਤਰਾ। ਅਸੀਂ ਹੁਣ ਇਹ ਮੰਗ ਕਰਦੇ ਹਾਂ ਜਿਹੜਾ ਇਹ ਖਾਣਾ ਸਾਨੂੰ ਪ੍ਰੋਵਾਈਡ ਕਰਦੇ ਨੇ ਜਾਂ ਫੂਡ ਸਪਲਾਈ ਕਰਦੇ ਆ, ਜੋ ਵੀ ਮਹਿਕਮਾ ਕਰਦਾ, ਉਹਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਕਿ ਅੱਗੇ ਤੋਂ ਸਾਡੇ ਕਿਸੇ ਪਰਿਵਾਰ ਨਾਲ, ਕਿਸੇ ਬੱਚੇ ਨਾਲ, ਗਾਂ ਤੋਂ ਕੋਈ ਇਹੋ ਜਿਹੀ ਦੁਰਘਟਨਾ ਨਾ ਹੋਵੇ। ਇਹਦੇ ਵਿੱਚ ਕੋਈ ਜਾਨਵਰ ਮਰਿਆ ਹੋਇਆ ਮਿਲਿਆ ਗਾ ਜਿਹੜਾ ਸਪਸ਼ਟ ਦਿਖ ਰਿਹਾ ਹੈਗਾ? ਕਿੰਨੇ ਚਿਰ ਤੋਂ ਮਿਲਣ ਲੱਗਿਆ ਸਾਨੂੰ ਪੱਕਿਆ ਹੋਇਆ ਖਾਣਾ? ਸਾਨੂੰ ਖਾਣਾ ਇਹ ਪਿਛਲੇ 2 ਸਾਲਾਂ ਤੋਂ 1.5 ਸਾਲ ਤੋਂ ਮਿਲਣ ਲੱਗਿਆ, ਪਹਿਲਾਂ ਸਾਨੂੰ ਖਾਣਾ ਅਣਬਣਿਆ ਹੋਇਆ ਮਿਲਦਾ ਸੀ, ਅਤੇ ਹੁਣ ਅਸੀਂ ਇਹੀ ਮੰਗ ਕਰਦੇ ਹਾਂ ਵੀ ਇੱਕ ਤਾਂ ਜਿਹੜਾ ਮਹਿਕਮਾ ਇਹਨੂੰ ਬਣਾ ਕੇ ਸਾਨੂੰ ਸਾਡੇ ਕੋਲ ਭੇਜਦਾ, ਉਹਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਅਤੇ ਅੱਗੇ ਤੋਂ ਸਾਨੂੰ ਖਾਣਾ ਅਣਬਣਿਆ ਹੋਇਆ ਮਿਲਣਾ ਚਾਹੀਦਾ। ਉੱਧਰ ਜਦੋਂ ਇਸ ਬਾਬਤ ਸੰਬੰਧਿਤ ਸੁਪਰਵਾਈਜ਼ਰ ਰਣਜੀਤ ਕੌਰ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਹੋ ਸਕਦਾ ਇੱਕ ਅੱਧੇ ਪੈਕਟ ਦੇ ਵਿੱਚ ਘਟੀਆ ਖਿਚੜੀ ਹੋਵੇ, ਪਰ ਸਾਰਿਆਂ ਵਿੱਚ ਨਹੀਂ। ਮੇਰਾ ਨਾਮ ਰਣਜੀਤ ਕੌਰ ਹੈ ਜੀ, ਸੁਪਰਵਾਈਜ਼ਰ CDP ਆਫਿਸ ਮਾਨਸਾ। ਖਾਣੇ ਦਾ ਦੇਖਿਆ ਤੁਸੀਂ ਵੀ, ਜਾਨਵਰ ਕਹਿ ਰਹੇ ਵੀ ਵਿੱਚ? ਨਹੀਂ, ਜਾਨਵਰ ਤਾਂ ਨਹੀਂ ਕਹਿ ਸਕਦੇ ਜੀ, ਦੇਖੋ ਇਹ ਮੈਨ ਮੇਡ ਨਾਸ਼ਤਾ ਨਹੀਂ ਹੈਗਾ, ਇਹ ਮਸ਼ੀਨ ਮੇਡ ਹੈਗਾ ਗਾ, ਬੱਚਿਆਂ ਦੀ ਜਿਹੜੀ ਸਿਹਤ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈਗਾ। ਹੋ ਸਕਦਾ ਵੀ ਇੱਕ ਅੱਧੇ ਪੈਕਟ ਦੇ ਵਿੱਚ ਇਹ ਹੋਵੇ, ਅਸੀਂ ਸਾਰੇ ਪੈਕਟ ਤਾਂ ਨਹੀਂ ਖੋਲ੍ਹੇ ਹੈਗੇ, ਰੈਂਡਮਲੀ ਅਸੀਂ ਖੋਲ੍ਹ ਕੇ ਵੀ ਦੇਖਿਆ, ਇਹ ਨਾਸ਼ਤਾ ਬਣਾ ਕੇ ਵੀ ਦੇਖਿਆ, ਇਹੋ ਜਿਹੀ ਕੋਈ ਸਮੱਸਿਆ ਨਹੀਂ ਆਈ, ਦਫ਼ਤਰ ਦੇ ਵਿੱਚ ਅਸੀਂ ਖਾਧਾ ਹੈਗਾ ਇਹ ਨਾਸ਼ਤਾ, ਫਿਰ ਹੀ ਇਹਨੂੰ ਜੈਸ ਕੀਤਾ ਹੈਗਾ। ਅਤੇ ਇਹ ਹੋ ਸਕਦਾ ਵੀ ਕੋਈ ਇੱਕ ਅੱਧਾ ਪੈਕਟ ਵੀ ਜੋ ਇੰਨਾ ਜ਼ਿਆਦਾ ਨਾਸ਼ਤਾ ਆਉਂਦਾ ਵੀ ਦਬਾਅ ਦੇ ਵਿੱਚ ਆ ਗਿਆ ਹੋਵੇ, ਇਸ ਤਰ੍ਹਾਂ ਸਾਰਿਆਂ ਨੂੰ ਇਹ ਪ੍ਰੋਬਲਮ ਨਹੀਂ ਹੋ ਸਕਦੀ, ਨਾਸ਼ਤਾ ਸਾਡਾ ਬੜਾ ਵਧੀਆ ਹੈਗਾ ਅਤੇ ਬੱਚਿਆਂ ਦੇ ਸਿਹਤ ਲਈ ਪੂਰਾ ਲਾਭਦਾਇਕ ਹੈਗਾ। ਪ੍ਰੈਗਨੈਂਟ ਲੇਡੀ ਦੇ ਬੱਚਿਆਂ ਨੂੰ ਦੇਣਾ ਸੀ ਇਹ ਖਾਣਾ? ਹਾਂਜੀ ਹਾਂਜੀ, ਉਹ ਚੀਜ਼ ਆਈ ਹੈ? ਜ਼ਿਲ੍ਹਾ ਸੰਗਰੂਰ ਦੇ ਪਿੰਡ ਮੂਸੇਵਾਲੇ ਤੋਂ ਇਸ ਤੋਂ ਪਹਿਲਾਂ ਵੀ ਅਜਿਹਾ ਮਾਮਲਾ ਮਈ ਮਹੀਨੇ ਦੇ ਵਿੱਚ ਸੰਗਰੂਰ 'ਚ ਦੇਖਣ ਨੂੰ ਮਿਲਿਆ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸ਼ਹਿਰ ਅਤੇ ਆਸ ਪਾਸ ਦੇ ਗੁਆਂਢੀ ਜ਼ਿਲ੍ਹਿਆਂ ਦੇ ਵਿੱਚ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ, ਪਰ ਸਰਕਾਰ ਦੇ ਵੱਲੋਂ ਕੋਈ ਵੀ ਸਖ਼ਤ ਕਦਮ ਨਹੀਂ ਉਠਾਏ ਜਾ ਰਹੇ। ਆਖਿਰ ਕਦੋਂ ਤੱਕ ਬੱਚਿਆਂ ਅਤੇ ਔਰਤਾਂ ਦੀ ਸਿਹਤ ਦੇ ਨਾਲ ਖਿਲਵਾੜ ਹੁੰਦਾ ਰਹੇਗਾ? ਅਜਿਹੇ 'ਚ ਦੇਖਣਾ ਹੋਵੇਗਾ ਕਿ ਸਰਕਾਰ ਇਸ ਬਾਬਤ ਕੀ ਐਕਸ਼ਨ ਲੈਂਦੀ ਹੈ। ਹਕੀਕੀ TV ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ।